ਜਿਹੜੇ ਹੈਗੇ ਵਣ ਵਿਭਾਗ ਦੇ ਕੋਈ ਖੋਜੀ ਉਹ ਬੰਦੇ ਦੱਸਦੇ ਵੀ ਇਹ ਹਰਾ ਰਹਿ ਨਹੀਂ ਸਕਦਾ ਪਾਣੀ ਜਿੱਥੇ ਨੇੜੇ ਹੋਵੇ। ਅੱਛਾ, ਇਹ ਦਰਖਤ ਵਣ ਸਾਹਿਬ ਜੀ ਗੁਰੂ ਦੀ ਬਖਸ਼ਿਸ਼ ਹੀ ਹੈ, 350-400 ਸਾਲ ਪੁਰਾਣਾ ਦਰਖਤ ਹਰਾ ਭਰਿਆ ਖੜਾ ਜੀ। ਟੁੱਟੀ ਟੁੱਟੀ ਗੰਢੀ ਇਸੇ ਨੂੰ ਕਹਿੰਦੇ, ਟੁੱਟੀ ਗੰਢ ਨਹਾਰ ਗੋਪਾਲ। ਹਾਂ, ਇਹ ਮੇਨ ਦਰਬਾਰ ਸ੍ਰੀ ਤੇ ਬਦਾਵਾ ਪਾੜਿਆ ਜੀ ਜੀ। ਠੀਕ, ਗੁਰਦੁਆਰਾ ਸ਼ਹੀਦ ਗੰਜ ਸਾਹਿਬ। ਠੀਕ ਹੈ ਜੀ, ਹਰਗੋਬਿੰਦ ਸਿੰਘ ਦੱਸਿਆ ਹੀ ਹੈ ਕਰਮ ਦੇ ਤੰਬੂ ਸਾਹਿਬ ਜਿੱਥੇ ਸਿੰਘਾਂ ਨੇ ਤੰਬੂ ਲਾਏ ਸੀ ਆਪਣੇ। ਹਾਂਜੀ, ਨਾਲੇ ਮਾਤਾ ਭਾਗ ਕੌਰ ਜੀ ਦਾ। ਅੱਛਾ, ਤੇ ਗੁਰਦੁਆਰਾ ਟਿੱਬੀ ਸਾਹਿਬ ਜਲਾਲਾਬਾਦ ਰੋਡ ਤੇ ਜਿੱਥੋਂ ਗੁਰੂ ਸਾਹਿਬ ਬੈਠੇ ਜੰਗ ਕਰ ਰਹੇ ਸੀ, ਜੁੱਧ ਦੇਖ ਰਹੇ ਸੀ, ਜੰਗ ਸਮਾਪਤ ਹੋਇਆ ਉੱਥੇ ਚੱਲ ਕੇ ਮਾਰਾ ਫਿਰ ਇੱਥੇ ਆਏ ਸੀ। ਅੱਛਾ, ਰਕਾਬ ਸਾਹਿਬ ਗੁਰਦੁਆਰਾ ਸਾਹਿਬ ਉੱਥੇ ਮੇਰੇ ਰਕਾਬ ਗੁਰੂ ਸਾਹਿਬ ਦੀ ਟੁੱਟ ਗਈ ਜਦੋਂ ਘੋੜੇ 'ਤੇ ਚੜ੍ਹਨ ਲੱਗੇ ਸੀ। ਅੱਛਾ, ਅਤੇ ਨਾਲ ਹੀ ਗੁਰਦੁਆਰਾ ਦਾਤਨ ਸਰ ਸਾਹਿਬ ਪਿਛਲੀ ਸਾਈਡ 'ਤੇ। ਓਕੇ, ਤਿੰਨ ਗੁਰਦੁਆਰਾ ਸਾਹਿਬ ਟਿੱਬੀ ਸਾਹਿਬ ਰੋਡ 'ਤੇ ਜੀ। ਇਹ ਮੇਨ ਸਥਾਨ, ਮੇਨ ਸਥਾਨ ਇਹ ਟੁੱਟੀ ਗੰਢੀ ਸਾਹਿਬ ਹੈ। ਟੁੱਟੀ ਗੰਢੀ ਇੱਥੇ ਦਾਵਾ ਪਾੜ ਕੇ ਤੇ ਸਿੱਖਾਂ ਦੀ ਟੁੱਟੀ ਗੰਢੀ ਮਰ ਸਰੂਪ ਆ। ਠੀਕ ਹੈ, ਵਾਹਿਗੁਰੂ ਵਾਹਿਗੁਰੂ। ਇਹ ਮਾਰਸ ਯਾਤਰਾ ਸਭ ਹਾਂ ਜੀ, ਯਾਨੀ ਸ਼ਾਂਤ ਨਾਲ। ਧੰਨਵਾਦ ਜੀ, ਸਾਰੇ ਗੁਰੂ ਜੀ। Thank you.